ਹਾਲਾਤ ਬਦਲਦੇ ਦਿਖਾਈ ਦੇ ਰਹੇ ਆ, ਜਿਵੇਂ ਹੁਣ ਜਲੰਧਰ ਦੇ ਵਿੱਚ ਚੋਣਾਂ ਹੋਈਆਂ, ਪਲਾਓ ਲੋਕ ਸਭਾ ਦੀਆਂ ਹੋਣ ਜਾਂ ਜਿਵੇਂ ਮਰਜ਼ੀ ਹੋਣ, ਅਤੇ ਹੁਣ ਇੱਥੇ ਵੀ ਤੁਹਾਡੇ ਵੀ ਉਹ ਹਾਲਾਤ ਬਣ ਗਏ ਆ, ਦੂਜੀਆਂ ਪਾਰਟੀਆਂ ਦੇ ਲੀਡਰਾਂ ਨੂੰ ਇੱਧਰ ਲਿਆ ਕੇ ਉਹਨਾਂ ਨੂੰ ਟਿਕਟ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਿਹੜੇ ਚੰਗੇ ਬੰਦੇ ਕਿਸੇ ਵੀ ਪਾਰਟੀ 'ਚ ਹੈ, ਜਦੋਂ ਆਮ ਆਦਮੀ ਪਾਰਟੀ ਹੋਣ 'ਚ ਆਈ ਹੈ, ਸਾਡੇ ਸੁਪਰੀਮੋ ਅਰਵਿੰਦ ਕੇਜਰੀਵਾਲ ਸਾਹਿਬ, ਉਹਨਾਂ ਨੇ ਹਮੇਸ਼ਾ ਇਹ ਗੱਲ ਕਹੀ ਵੀ ਚੰਗੇ ਬੰਦੇ ਜਿੰਨੇ ਵੀ ਦੂਜੀਆਂ ਪਾਰਟੀਆਂ 'ਚ ਹੈ, ਉਹਨਾਂ ਲਈ ਦਰਵਾਜ਼ੇ ਹਮੇਸ਼ਾ ਸਾਡੇ ਖੁੱਲ੍ਹੇ ਆ। ਅਕਾਲੀ ਦਲ ਦੇ ਤੁਹਾਡੇ ਡੈਂਪੀ ਢਿੱਲੋਂ ਨੂੰ ਲੈ ਕੇ ਆਉਂਦਾ ਹੈ ਤੁਹਾਡੀ ਪਾਰਟੀ ਦੇ ਵਿੱਚ 37-38 ਸਾਲ, ਜਿਵੇਂ ਉਹਨਾਂ ਨੇ ਕਿਹਾ ਕਿ ਮੈਂ ਤਾਂ ਅਕਾਲੀ ਦਲ ਦੇ ਵਿੱਚ ਕੰਮ ਕੀਤਾ, ਹੁਣ ਇੱਧਰ ਆ ਗਿਆ, ਹੁਣ ਆ ਕੇ ਜੇਕਰ ਤੁਹਾਡੀ ਪਾਰਟੀ ਉਹਨਾਂ ਨੂੰ ਟਿਕਟ ਦੇ ਦਿੰਦੀ ਹੈ ਤਾਂ ਪਰ ਤੁਹਾਡੀ ਜਿਹੜੀ ਮਿਹਨਤ ਹੈ ਉਸ ਨੂੰ ਲੈ ਕੇ ਤਾਂ ਸਵਾਲ ਖੜੇ। 2013-14 ਦੇ ਵਿੱਚ ਜਦੋਂ ਅਕਾਲੀ ਦਲ ਦਾ ਦਬਦਬਾ ਜਿੱਥੇ ਪੁਲਿਸ ਚੌਂਕੀ ਤੋਂ ਲੈ ਕੇ ਅਤੇ DC ਆਫਿਸ ਤਾਂ ਹੀ ਹੁੰਦਾ ਸੀ, ਅਸੀਂ ਤਾਂ ਆਪਦੇ ਵਰਕਰਾਂ ਦੇ ਕੰਮ ਉਦੋਂ ਵੀ ਧਰਨੇ ਦੇ ਕੇ ਕਰਾਉਂਦੇ ਰਹੇ ਹਾਂ। ਔਰ ਦੂਜੀ ਗੱਲ, ਜਦੋਂ ਕਾਂਗਰਸ ਸਰਕਾਰ ਆਈ, ਕਾਂਗਰਸ ਸਰਕਾਰ ਦੇ ਵਿੱਚ ਜਦੋਂ ਕਿਤੇ ਕੋਈ ਧੱਕਾ ਹੁੰਦਾ ਸੀਗਾ ਤਾਂ ਅਸੀਂ ਉਦੋਂ ਜਾ ਕੇ ਨਾਲ ਖੜ੍ਹਦੇ ਸੀ, ਔਰ ਸਾਡੇ ਵਰਕਰਾਂ ਦੇ ਕੰਮ ਮੈਂ ਉਦੋਂ ਵੀ ਕਰਾਉਂਦਾ ਰਿਹਾ। ਔਰ ਮੈਨੂੰ ਸਾਡੇ ਵਰਕਰਾਂ ਦੇ ਕੰਮ ਕਰਾਉਣੇ ਆਉਂਦੇ ਆ, ਅਫਸਰਾਂ ਤੋਂ ਕਿਵੇਂ ਕੰਮ ਕਰਾਉਣੇ ਆ ਉਹ ਮੈਨੂੰ ਚੰਗੀ ਤਰ੍ਹਾਂ ਆਉਂਦੇ ਆ, ਔਰ ਮੈਂ ਸਾਡੇ ਵਰਕਰਾਂ ਦੇ ਕੰਮ ਕਦੇ ਪਹਿਲਾਂ ਵੀ ਰੁਕਣ ਨਹੀਂ ਦਿੱਤੇ। ਪਾਰਟੀ ਦੇ ਵਿੱਚ ਮੈਨੂੰ ਭਰੋਸਾ ਹੈ, ਯਕੀਨ ਹੈ, ਸਾਡੇ ਲੀਡਰਸ਼ਿਪ 'ਤੇ ਯਕੀਨ ਹੈ, ਔਰ ਜਿਹੜਾ ਉਹ ਫੈਸਲਾ ਕਰਨਗੇ ਠੀਕ ਕਰਨਗੇ, ਔਰ ਮੈਨੂੰ ਇਹ ਲੱਗਦਾ ਕਿ ਉਹ ਮੇਰੇ ਹੱਕ 'ਚ ਕਰਨ। ਭਗਵੰਤ ਮਾਨ ਇੱਥੇ ਮੁੱਖ ਮੰਤਰੀ ਗਿਦੜਦਾ ਆਏ ਹੈ, ਜਿਹਦੇ ਜੁਆਇਨ ਕਰਾਏ ਡੈਂਪੀ ਢਿੱਲੋਂ ਨੂੰ, ਉਹਨਾਂ ਦਾ ਇੱਕ ਇਸ਼ਾਰਾ ਸੀਗਾ ਡੈਂਪੀ ਬਹੁਤ ਵੱਡੀ ਜ਼ਿੰਮੇਵਾਰੀ ਤੁਹਾਨੂੰ ਮਿਲੇਗੀ ਜੇ ਉਹ ਜ਼ਿੰਮੇਵਾਰੀ ਦਾ ਰਾਹ ਵਾਕਈ ਜੇ ਟਿਕਟ ਹੋਵੇ। ਫਿਰ ਪਾਰਟੀ ਦੇ ਹਰ ਫੈਸਲੇ ਨੂੰ ਮੈਂ ਤੁਹਾਨੂੰ ਦੱਸਿਆ ਪਹਿਲਾਂ ਵੀ, 19 ਤੋਂ ਲੈ ਕੇ, 17 ਤੋਂ ਲੈ ਕੇ, 14 ਤੋਂ ਲੈ ਕੇ, 22 'ਚ ਪਾਰਟੀ ਦਾ ਹਰ ਉਹ ਫੈਸਲਾ ਮੰਨਿਆ। ਹੋਵੋਗੇ ਫਿਰ ਜੇ ਡੈਂਪੀ ਢਿੱਲੋਂ ਟਿਕਟ ਮਿਲ ਜਾਂਦੀ ਹੈ 100%? ਡੈਂਪੀ ਢਿੱਲੋਂ ਟਿਕਟ ਮਿਲ ਜਾਂਦੀ ਹੈ, ਉਹ ਇੱਥੋਂ ਜਿੱਤ ਹਾਸਿਲ ਕਰ ਜਾਂਦੇ ਹੈ, ਉਸ ਤੋਂ ਬਾਅਦ ਕਿਤੇ ਨਾ ਕਿਤੇ ਲੱਗਦਾ ਵੀ ਡੈਂਪੀ ਢਿੱਲੋਂ ਦਾ ਹੀ ਸਿਰ ਹੈ ਇੱਥੇ ਦਾਦੋਆ ਰਹੂਗਾ, ਕੌਣੀ ਹੋ ਰਹਿੰਦਾ ਥੋੜ੍ਹਾ ਨੀਵਾਂ ਹੋ ਜਾਊਗਾ, ਜਾਂ ਜਿਵੇਂ ਤੁਹਾਡੇ ਬੋਲ ਤੁਸੀਂ ਬੋਲੇ ਹੈ ਕਿ ਕੌਣੀ ਨੂੰ ਕੰਮ ਕਰਾਉਣੇ ਆਉਂਦੇ ਉਹ ਰਹਿਣਗੇ। ਵੋਟਾਂ ਤਾਂ ਇਹ ਆਉਂਦੀਆਂ ਜਾਂਦੀਆਂ ਰਹਿਣਗੀਆਂ, ਬੰਦੇ ਵੀ ਕਈ ਵਾਰੀ ਬਦਲਦੇ ਰਹਿੰਦੇ ਆ, ਪਰ ਪਾਰਟੀ ਹਮੇਸ਼ਾ ਸਥਿਰ ਰਹਿੰਦੀ ਆ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ, ਮੈਂ ਹਾਂ ਗੁਰਜੀਤ ਸਿੰਘ ਰਮਾਣਾ। ਜਿਵੇਂ ਚੋਣਾਂ ਦੀ ਗੱਲ ਕਰੀਏ ਤਾਂ ਗਿੱਦੜਬਾਹਾ ਦੀ ਜਿਹੜੀ ਸੀਟ ਹੈ ਹੌਟ ਸੀਟ ਬਣ ਚੁੱਕੀ ਹੈ, ਜਿਵੇਂ ਅਕਾਲੀ ਦਲ ਦੇ ਡੈਂਪੀ ਢਿੱਲੋਂ ਆਮ ਆਦਮੀ ਪਾਰਟੀ ਉਹਨਾਂ ਨੇ ਜੁਆਇਨ ਕੀਤੀ ਆਇਆ ਹੈ, ਤਾਂ ਉਸ ਨੂੰ ਲੈ ਕੇ ਤਾਂ ਹੋਰ ਇਹ ਸੀਟ ਹੈ ਜਿਹੜੀ ਹੌਟ ਹੋ ਗਈ ਹੈ, ਅਤੇ ਅੱਜ ਅਸੀਂ ਗਿੱਦੜਬਾਹਾ ਦੇ ਵਿੱਚ ਪਹੁੰਚੇ ਹਾਂ, ਆਪਾਂ ਉਹਨਾਂ ਵਰਕਰਾਂ ਦੇ ਨਾਲ, ਉਹਨਾਂ ਜਿਹੜੇ ਸੀਨੀਅਰ ਵਰਕਰ ਨੇ ਜਿਹੜੇ ਲੰਬੇ ਸਮੇਂ ਤੋਂ ਪਾਰਟੀਆਂ ਦੇ ਨਾਲ ਜੁੜੇ ਹੋਏ ਨੇ, ਤਾਂ ਗਰਾਊਂਡ ਲੈਵਲ 'ਤੇ ਜਿਨ੍ਹਾਂ ਨੇ ਵਰਕ ਕੀਤਾ। ਗੱਲਬਾਤ ਆਪਾਂ ਕਰਾਂਗੇ ਸੁਖਜਿੰਦਰ ਕੌਣੀ ਦੇ ਨਾਲ, ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਨੇ ਸ਼੍ਰੀ ਮੁਕਤਸਰ ਸਾਹਿਬ ਦੇ, ਉਹਨਾਂ ਦੇ ਨਾਲ, ਕਿਉਂਕਿ ਬਹੁਤ ਲੰਬੇ ਸਮੇਂ ਤੋਂ 10 ਤੋਂ 11 ਸਾਲ ਦਾ ਸਮਾਂ ਹੋ ਗਿਆ ਇਹਨਾਂ ਨੇ ਜਿਹੜਾ ਜ਼ਮੀਨੀ ਪੱਧਰ 'ਤੇ ਆਮ ਆਦਮੀ ਪਾਰਟੀ ਦੇ ਲਈ ਵਰਕ ਕੀਤਾ। ਸੁਖਜਿੰਦਰ ਜੀ, ਸਭ ਤੋਂ ਪਹਿਲਾਂ ਸਵਾਗਤ। ਬਹੁਤ ਬਹੁਤ ਧੰਨਵਾਦ ਬਾਈਕਰ ਜੀ, ਤੁਹਾਡਾ ਵੀ ਔਰ ਤੁਹਾਡੀ ਸਮੁੱਚੀ ਟੀਮ ਦਾ, ਜਿੰਨੇ ਵੀ ਤੁਹਾਡੇ ਸਰੋਤੇ ਇਸ ਇੰਟਰਵਿਊ ਨੂੰ ਸੁਣ ਰਹੇ, ਮੈਂ ਤੁਹਾਡੇ ਸਾਰਿਆਂ ਚਰਨ ਫਤਿਹ ਅਰਜ਼ ਕਰਦਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਔਰ ਤੁਹਾਨੂੰ ਜੀ ਆਇਆਂ ਨੂੰ ਸਰ। ਖੁਸ਼ ਹੋ ਸੁਖਜਿੰਦਰ? ਫਿਰ ਹਾਂ, ਮੈਂ ਪਾਰਟੀ ਦੇ ਫੈਸਲੇ ਦੇ ਨਾਲ ਹਾਂ ਜੀ, ਪਾਰਟੀ ਜੋ ਫੈਸਲਾ ਕਰੂਗੀ ਉਹਦੇ ਨਾਲ ਹੈ, ਕਿਉਂਕਿ ਹਮੇਸ਼ਾ ਖੁਸ਼ ਰਹੀਦਾ, ਕਿਉਂਕਿ ਨਮੋਸ਼ੀ ਤਾਂ ਸਾਡੇ ਚਿਹਰੇ 'ਤੇ ਕਦੇ ਆਈ ਹੀ ਨਹੀਂ, ਔਰ ਜਦੋਂ ਦੇ ਜੰਮੇ ਆ ਉਦੋਂ ਦੇ ਖੁਸ਼ ਹੈ, ਜਿਹੜੇ ਜਿਹੇ ਹਾਲਾਤਾਂ 'ਚ ਉਹ ਜਿਹੇ ਹਾਲਾਤਾਂ 'ਚ ਖੁਸ਼ ਹੈ। ਸੁਖਜਿੰਦਰ, ਜਿਵੇਂ ਹੁਣ ਮੈਂ ਪਹਿਲਾਂ ਗੱਲ ਕੀਤੀ ਹੈ ਕਿ ਤੁਹਾਡੇ ਪਾਰਟੀ ਦੇ ਤੁਹਾਡੇ ਲੀਡਰਾਂ ਦੇ ਇਹ ਬੋਲ ਹੁੰਦੇ ਸੀਗੇ ਕਿ ਸਾਡੇ ਤਾਂ ਆਮ ਵਰਕ ਅੱਗੇ ਆਉਣਗੇ, ਜਿਹੜੇ ਆਮ ਘਰਾਂ ਦੇ ਲੋਕ ਆ, ਹੁਣ ਜਿਵੇਂ ਤੁਸੀਂ ਵੀ
ਇੱਕ ਆਮ ਕਿਸਾਨ ਦੇ ਪੁੱਤੋਂ ਅਤੇ ਤੁਹਾਨੂੰ ਵੀ ਵੈਸੇ ਹੁਣ ਤੱਕ ਅੱਗੇ ਲੈ ਕੇ ਆਉਂਦਾ, ਪਰ ਹੁਣ ਜਿਹੜਾ ਹੈ ਕਿਤੇ ਨਾ ਕਿਤੇ ਜਿਹੜੇ ਉਹ ਹਾਲਾਤ ਬਦਲਦੇ ਦਿਖਾਈ ਦੇ ਰਹੇ ਆ, ਜਿਵੇਂ ਹੁਣ ਜਲੰਧਰ ਦੇ ਵਿੱਚ ਚੋਣਾਂ ਹੋਈਆਂ, ਭਲਾਂ ਉਹ ਲੋਕ ਸਭਾ ਦੀਆਂ ਹੋਣ ਜਾਂ ਜਿਵੇਂ ਮਰਜ਼ੀ ਹੋਣ, ਅਤੇ ਹੁਣ ਇੱਥੇ ਵੀ ਤੁਹਾਡੇ ਵੀ ਉਹ ਹਾਲਾਤ ਬਣ ਗਏ ਆ, ਦੂਜੀਆਂ ਪਾਰਟੀਆਂ ਦੇ ਲੀਡਰਾਂ ਨੂੰ ਇੱਧਰ ਲਿਆ ਕੇ ਉਹਨਾਂ ਨੂੰ ਟਿਕਟ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਰਮਾਣਾ ਸਾਹਿਬ, ਗੱਲ ਇਹ ਹੈ ਬਈ ਜਿਹੜੇ ਚੰਗੇ ਬੰਦੇ ਕਿਸੇ ਵੀ ਪਾਰਟੀ 'ਚ ਹੈ, ਜਦੋਂ ਆਮ ਆਦਮੀ ਪਾਰਟੀ ਹੋਣ 'ਚ ਆਈ ਹੈ, ਸਾਡੇ ਸੁਪਰੀਮੋ ਅਰਵਿੰਦ ਕੇਜਰੀਵਾਲ ਸਾਹਿਬ ਉਹਨਾਂ ਨੇ ਹਮੇਸ਼ਾ ਇਹ ਗੱਲ ਕਹੀ ਵੀ ਚੰਗੇ ਬੰਦੇ ਜਿੰਨੇ ਵੀ ਦੂਜੀਆਂ ਪਾਰਟੀਆਂ 'ਚ ਹੈ ਉਹਨਾਂ ਲਈ ਦਰਵਾਜ਼ੇ ਹਮੇਸ਼ਾ ਸਾਡੇ ਖੁੱਲ੍ਹੇ ਹੈ ਅਤੇ ਖੁੱਲ੍ਹੇ ਰਹਿਣਗੇ। ਪਾਰਟੀ ਦੇ ਵਿਸਥਾਰ ਦੇ ਲਈ ਬੰਦਿਆਂ ਦੀ ਲੋੜ ਹੈ, ਚੰਗੇ ਬੰਦਿਆਂ ਨੂੰ ਪਾਰਟੀ 'ਚ ਲੈਣਾ ਚਾਹੀਦਾ ਹੈ, ਔਰ ਲੈ ਕੇ ਜਿਹੜੇ ਜਿਹੜੇ ਚੰਗੇ ਬੰਦੇ ਹੈ ਉਹਨਾਂ ਬੰਦਿਆਂ ਨੂੰ ਪਾਰਟੀ 'ਚ ਜਿਵੇਂ ਲੈ ਕੇ ਵਾਧਾ ਕੀਤਾ, ਵਿਸਥਾਰ ਕੀਤਾ ਪਾਰਟੀ ਦਾ, ਉਵੇਂ ਇਹ ਨਿਰੰਤਰ ਜਾਰੀ ਰਹਿਣਾ ਜੀ। ਇਹ ਸਾਡੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਸਾਹਿਬ ਨੇ ਜਦੋਂ ਪਾਰਟੀ ਹੋਣ 'ਚ ਲੈ ਕੇ ਆਉਂਦੀ ਹੈ ਅੰਨੇ ਹਜ਼ਾਰੇ ਦੇ ਅਨਸ਼ਨ ਤੋਂ ਬਾਅਦ, ਉਦੋਂ ਹੀ ਇਹ ਗੱਲ ਕਹੀ ਸੀ ਵੀ ਜਿਹੜੇ ਜਿਹੜੇ ਚੰਗੇ ਬੰਦੇ ਦੂਜੀਆਂ ਪਾਰਟੀਆਂ 'ਚ ਬੈਠੇ ਆ ਅਸੀਂ ਉਹਨਾਂ ਨੂੰ ਹੀ ਸਵਾਗਤ ਕਰਦੇ ਹਾਂ। ਨਹੀਂ, ਇਹਦਾ ਮਤਲਬ ਜਿਹੜੇ ਤੁਸੀਂ ਹੁਣ 12-13 ਸਾਲ ਤੋਂ ਜ਼ਮੀਨੀ ਪੱਧਰ 'ਤੇ ਵਰਕ ਕਰ ਰਹੇ ਹੋ, ਫਿਰ ਤੁਸੀਂ ਚੰਗੇ ਨਹੀਂ ਗੇ? ਵੀ ਜਿਹੜੇ ਆਮ ਆਦਮੀ ਪਾਰਟੀ ਦੇ ਹੀਰੇ ਕੰਮ ਕਰ ਰਹੇ ਉਹ ਤਾਂ ਹੈਗੇ ਹੀਰੇ ਹੈ, ਪਰ ਜਿਹੜੇ ਕੋਈ ਹੋਰ ਕਿਸੇ ਪਾਰਟੀ 'ਚ ਵੀ ਚੰਗੇ ਬੰਦੇ ਬੈਠੇ ਅਸੀਂ ਉਹਨਾਂ ਨੂੰ ਵੀ ਖੁੱਲ੍ਹਾ ਸੱਦਾ ਦਿੰਦੇ ਹਾਂ ਵੀ ਤੁਸੀਂ ਵੀ ਆਓ। ਨਹੀਂ, ਹੁਣ ਜਿਵੇਂ ਅਕਾਲੀ ਦਲ ਦੇ ਤੁਹਾਡੇ ਡੈਂਪੀ ਢਿੱਲੋਂ ਨੂੰ ਲੈ ਕੇ ਆਉਂਦਾ, ਤੁਹਾਡੀ ਪਾਰਟੀ ਦੇ ਵਿੱਚ 37-38 ਸਾਲ ਜਿਵੇਂ ਉਹਨਾਂ ਨੇ ਕਿਹਾ ਕਿ ਮੈਂ ਤਾਂ ਅਕਾਲੀ ਦਲ ਦੇ ਵਿੱਚ ਕੰਮ ਕੀਤਾ, ਹੁਣ ਇੱਧਰ ਆ ਗਿਆ, ਹੁਣ ਆ ਕੇ ਜੇਕਰ ਤੁਹਾਡੀ ਪਾਰਟੀ ਉਹਨਾਂ ਨੂੰ ਟਿਕਟ ਦੇ ਦਿੰਦੀ ਹੈ ਤਾਂ, ਪਰ ਤੁਹਾਡੀ ਜਿਹੜੀ ਮਿਹਨਤ ਹੈ ਉਸ ਨੂੰ ਲੈ ਕੇ ਤਾਂ ਸਵਾਲ ਖੜੇ ਹੋਣਗੇ ਨਾ? ਗੁਰਜੀਤ ਜੀ, ਮੇਰੇ ਨਾਲ ਤੁਸੀਂ, ਕਿਉਂਕਿ ਮੈਂ ਆਮ ਆਦਮੀ ਪਾਰਟੀ ਦੇ ਇੱਕ ਛੋਟੇ ਜਿਹੇ ਵਰਕਰ ਤੋਂ ਸਕੂਟਰ ਤੋਂ ਕੰਮ ਸ਼ੁਰੂ ਕੀਤਾ, ਅਤੇ ਤੁਸੀਂ ਕਿਸੇ ਵੀ ਪਿੰਡ 'ਚ ਜਾ ਵੜੋ, ਜਿਹੜਾ ਬੰਦਾ ਮੇਰੇ ਨਾਲ 2013 ਤੋਂ 14 ਤੋਂ ਆਮ ਆਦਮੀ ਪਾਰਟੀ ਦੇ ਨਾਲ ਤੁਰਿਆ ਸੀ ਉਹ ਅੱਜ ਵੀ ਮੇਰੇ ਨਾਲ ਹੈ। ਉਹ ਕਿਉਂ ਮੇਰੇ ਨਾਲ ਹੈ, ਮੈਂ ਉਹਨਾਂ ਨੂੰ ਕਿਵੇਂ ਨਾਲ ਰੱਖਿਆ ਉਹ ਤਾਂ ਉਹ ਦੱਸ ਸਕਦੇ ਆ, ਪਰ ਮੈਂ ਆਪਦੇ ਵੱਲੋਂ ਕਦੇ ਮਿਹਨਤ 'ਚ ਕਮੀ ਨਹੀਂ ਛੱਡੀ। ਜਿਹੜਾ ਉਹਨਾਂ ਦਾ ਕੰਮ ਧੰਦਾ, ਹੁਣ ਤਾਂ ਚੱਲ ਸਰਕਾਰ ਹੈ, ਆਮ ਆਦਮੀ ਪਾਰਟੀ ਸਰਕਾਰ ਹੈ, ਮਾਨ ਸਰਕਾਰ ਹੈ ਪੰਜਾਬ ਦੇ ਵਿੱਚ, ਹੁਣ ਤਾਂ ਕੰਮ ਧੰਦੇ ਹੋਣੇ ਸੁਭਾਵਿਕ ਹੀ ਹੈ, ਪਰ ਜਦੋਂ ਅਸੀਂ ਵਿਰੋਧੀ ਧਿਰ ਦੇ ਵਿੱਚ ਸੀ, ਜਦੋਂ ਅਕਾਲੀ ਦਲ ਦੀ ਸਰਕਾਰ ਸੀ 2013-14 ਦੇ ਵਿੱਚ, ਜਦੋਂ ਅਕਾਲੀ ਦਲ ਦਾ ਦਬਦਬਾ ਜਿੱਥੇ ਪੁਲਿਸ ਚੌਂਕੀ ਤੋਂ ਲੈ ਕੇ ਅਤੇ DC ਆਫਿਸ ਤਾਂ ਹੀ ਹੁੰਦਾ ਸੀ, ਅਸੀਂ ਤਾਂ ਆਪਦੇ ਵਰਕਰਾਂ ਦੇ ਕੰਮ ਉਦੋਂ ਵੀ ਧਰਨੇ ਦੇ ਕੇ ਕਰਾਉਂਦੇ ਰਹੇ ਹਾਂ। ਔਰ ਦੂਜੀ ਗੱਲ, ਜਦੋਂ ਕਾਂਗਰਸ ਸਰਕਾਰ ਆਈ, ਕਾਂਗਰਸ ਸਰਕਾਰ ਦੇ ਵਿੱਚ ਜਦੋਂ ਕਿਤੇ ਕੋਈ ਧੱਕਾ ਹੁੰਦਾ ਸੀਗਾ ਅਤੇ ਅਸੀਂ ਉਦੋਂ ਜਾ ਕੇ ਨਾਲ ਖੜ੍ਹਦੇ ਸੀ, ਔਰ ਸਾਡੇ ਵਰਕਰਾਂ ਦੇ ਕੰਮ ਮੈਂ ਉਦੋਂ ਵੀ ਕਰਾਉਂਦਾ ਰਿਹਾ, ਔਰ ਮੈਨੂੰ ਸਾਡੇ ਵਰਕਰਾਂ ਦੇ ਕੰਮ ਕਰਾਉਣੇ ਆਉਂਦੇ ਆ, ਅਫਸਰਾਂ ਤੋਂ ਕਿਵੇਂ ਕੰਮ ਕਰਾਉਣੇ ਆ ਉਹ ਮੈਨੂੰ ਚੰਗੀ ਤਰ੍ਹਾਂ ਆਉਂਦੇ ਆ, ਔਰ ਮੈਂ ਸਾਡੇ ਵਰਕਰਾਂ ਦੇ ਕੰਮ ਕਦੇ ਪਹਿਲਾਂ ਵੀ ਰੁਕਣ ਨਹੀਂ ਦਿੱਤੇ। ਅਤੇ ਮੈਂ ਤੁਹਾਡੇ ਮਾਧਵ ਰਾਏ ਫੇਰ ਦੱਸਣਾ ਚਾਹੁੰਦਾ ਸਾਡੇ ਆਮ ਆਦਮੀ ਪਾਰਟੀ ਦੇ ਵਰਕਰਾਂ ਨੂੰ ਕਿ ਮੈਂ ਉਹਨਾਂ ਦੇ ਕੰਮ ਫਿਰ ਵੀ ਕਦੇ ਰੁਕਣ ਨਹੀਂ ਦੇਊਂਗਾ। ਮੈਂਬਰ ਪਾਰਲੀਮੈਂਟ ਸਾਧੂ ਸਿੰਘ ਦੇ ਨਾਲ ਤੁਸੀਂ ਬਹੁਤ ਸਮਾਂ ਦੇ ਦਾ ਕੰਮ ਕੀਤਾ। ਪ੍ਰੋਫੈਸਰ ਸਾਧੂ ਸਿੰਘ ਜੀ ਮੇਰੇ ਬਾਪੂ ਜੀ ਨੇ, ਮੈਂ ਹਮੇਸ਼ਾ ਉਹਨਾਂ ਨੂੰ ਬਾਪੂ ਜੀ ਕਹਿ ਕੇ ਬੁਲਾਉਣਾ, ਕਿਉਂਕਿ ਉਹਨਾਂ ਤੋਂ ਮੈਂ ਬਹੁਤ ਕੁਝ ਸਿੱਖਿਆ, ਉਹਨਾਂ ਤੋਂ ਸਹਿਣਸ਼ੀਲਤਾ, ਠਰੰਮਾ, ਔਰ ਜਿਹੜੀ ਜਿਹੜੀ ਮੈਂ ਸਮਝਦਾ ਵੀ ਚੰਗੇ ਬੰਦੇ ਦੇ ਨਾਲ ਰਹਿ ਕੇ ਜਿਹੜਾ ਬੰਦਾ ਸਿੱਖਦਾ ਕੁਛ ਸਿੱਖਦਾ ਤਾਂ ਚੰਗੀਆਂ ਚੀਜ਼ਾਂ ਹੀ ਗ੍ਰਹਿਣ ਕਰਦਾ। ਉਹਨਾਂ ਨਾਲ ਕੰਮ ਕਰਨਾ, ਉਹਨਾਂ ਦੇ ਨਾਲ ਰਹਿਣਾ, ਉਹਨਾਂ ਦੀ ਸੰਗਤ ਮੈਂ ਕਰਨੀ, ਉਹ ਮੇਰੀ ਖੁਸ਼ਕਿਸਮਤੀ ਸੀ। ਮੈਂ ਉਹਨਾਂ ਦੇ ਨਾਲ ਕੰਮ ਕੀਤਾ, ਉਹਨਾਂ ਨੂੰ ਹਮੇਸ਼ਾ ਆਪਦਾ ਬਾਪੂ ਜੀ ਕਹਿ ਕੇ ਬੁਲਾਇਆ, ਔਰ ਜਿਹੜੇ ਉਸ ਬੰਦੇ 'ਚ ਗੁਣ ਹੈ, ਕਿਉਂਕਿ ਗੁਣਾਂ ਦੀ ਪਟਾਰੀ ਆ ਉਹ ਬੰਦਾ, ਔਰ ਉਸ ਬੰਦੇ ਦੀ ਤਾਂ ਮੈਂ ਮਤਲਬ ਹਮੇਸ਼ਾ ਜਿਵੇਂ ਸਿਰ ਝੁਕਾ ਕੇ, ਮੈਂ ਹਮੇਸ਼ਾ ਜਦੋਂ ਕੋਈ ਨਾਂ ਲੈਂਦਾ ਤਾਂ ਮੈਂ ਸਿਰ ਝੁਕਾ ਕੇ ਆਦਰ ਔਰ ਸਨਮਾਨ ਦੇ ਵਿੱਚ
ਉਸ ਬੰਦੇ ਨੂੰ ਰੱਖਦਾ ਹੈ ਔਰ ਉਹਦੀ ਬਦੌਲਤ ਜੇ ਅੱਜ ਮੇਰੀ ਸੁਖਜਿੰਦਰ ਨੂੰ ਸੁਖਜਿੰਦਰ ਕੌਣੀ ਬਣਾਇਆ ਤਾਂ ਉਹਦੇ ਵਿੱਚ ਪ੍ਰੋਫੈਸਰ ਸਾਧੂ ਸਿੰਘ ਜੀ ਬਹੁਤ ਵੱਡਾ ਯੋਗਦਾਨ ਹੈ। ਮੇਰੇ ਵੱਡੇ ਭਰਾ ਬਾਈ ਗੁਰਦਿੱਤ ਸਿੰਘ ਸੇਖੋਂ ਜਿਨ੍ਹਾਂ ਨੂੰ ਮੈਂ ਗੁਰੂ ਕਹਿੰਦਾ ਕਿਉਂਕਿ ਮੇਰੇ ਰਾਜਨੀਤੀ ਦੇ ਵਿੱਚ ਜੇ ਮੈਨੂੰ ਉਂਗਲ ਫੜ ਕੇ ਕੋਈ ਬੰਦਾ ਲੈ ਕੇ ਆਇਆ ਤਾਂ ਉਹ ਗੁਰਦਿੱਤ ਸਿੰਘ ਸੇਖੋਂ ਲੈ ਕੇ ਆਇਆ। ਮੈਂ ਉਹਨਾਂ ਦਾ ਔਰ ਪ੍ਰੋਫੈਸਰ ਸਾਧੂ ਸਿੰਘ ਦਾ ਮੈਂ ਕਦੇ ਦੇ ਨਹੀਂ ਦੇ ਸਕਦਾ। ਦੋ ਬੰਦੇ ਅਜਿਹੇ ਹੈ ਜਿਨ੍ਹਾਂ ਦਾ ਮੇਰੀ ਜ਼ਿੰਦਗੀ 'ਤੇ ਬਹੁਤ ਵੱਡੀ ਛਾਪ ਆ ਔਰ ਮੇਰੀ ਜ਼ਿੰਦਗੀ 'ਚ ਉਹਨਾਂ ਦਾ ਬਹੁਤ ਵੱਡਾ ਰੋਲ ਹੈ। ਕੌਣੀ ਸਾਹਿਬ, ਪਾਰਟੀ ਦੇ ਅਹੁਦੇਦਾਰਾਂ ਦੇ ਨਾਲ ਜਾਂ ਕਮੇਟੀ ਜਿਹੜੀ ਤੁਹਾਡੀ ਉੱਪਰ ਕਿਤੇ ਨਾ ਗੱਲਬਾਤ ਹੋਈ ਹੈ, ਕਿਹਨੂੰ ਟਿਕਟ ਦੇਣ ਜਾ ਰਹੇ ਤੋਂ ਫਿਰ? ਨਹੀਂ ਦੇਖੋ, ਹਜੇ ਅਜਿਹੀ ਕੋਈ ਕੋਈ ਟਿਕਟ ਦਾ ਜਿਹੜਾ ਫੈਸਲਾ ਹੈ, ਟਿਕਟ ਦਾ ਫੈਸਲਾ ਮੈਂ ਤੁਹਾਨੂੰ ਦੱਸ, ਸਾਡੀ PAC ਕਮੇਟੀ ਹੈ, ਪੋਲੀਟੀਕਲ ਅਫੇਅਰ ਕਮੇਟੀ, ਉਹਦਾ ਫੈਸਲਾ ਹੁੰਦਾ। ਉਹਦੇ ਜਿਹੜੇ ਮੈਂਬਰ ਸਾਹਿਬਾਨ ਆ ਉਹਨਾਂ ਨੇ ਡਿਸੀਜਨ ਲੈਣਾ ਵੀ ਕਿਹੜੇ ਬੰਦੇ ਨੂੰ ਟਿਕਟ ਦੇਣੀ ਹੈ, ਕਿਹੜਾ ਬੰਦਾ ਡਿਜ਼ਰਵ ਕਰਦਾ ਹੈ, ਕਿਹੜੇ ਬੰਦੇ ਨੂੰ ਅਸੀਂ ਉੱਥੇ ਪ੍ਰਮੋਟ ਕਰਨਾ। ਤਾਂ ਮੈਂ ਸਮਝਦਾ ਕਿ ਸਾਡੇ ਮਾਣਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਸਾਹਿਬ, ਸਾਡੇ ਆਮ ਆਦਮੀ ਪਾਰਟੀ ਦੇ ਜਨਰਲ ਸੈਕਟਰੀ ਸੰਦੀਪ ਪਾਠਕ ਜੀ, ਸਾਡੀ PAC ਦੀ ਕਮੇਟੀ ਸਾਰੀ, ਉਹਨਾਂ ਦਾ ਇਹ ਡਿਸੀਜਨ ਹੈ ਵੀ ਉਹਨਾਂ ਨੇ ਕਿਹਨੂੰ ਟਿਕਟ ਦੇਣੀ ਹੈ। ਪਰ ਜਿਹਨੂੰ ਵੀ ਦੇਣਗੇ ਅਸੀਂ ਉਹਦੇ ਨਾਲ ਹੈ। ਔਰ ਇਹ ਫੈਸਲਾ ਹਜੇ ਸੰਭਵ ਨਹੀਂ ਵੀ ਹੁਣੇ ਉਹ ਫੈਸਲਾ ਕਿਸੇ ਦੇ ਮੋਹਰ ਲਾ ਦੇਣਗੇ ਭਾਈ ਸਾਡਾ ਆਹ ਕੈਂਡੀਡੇਟ ਹੈ। ਚਾਹਵਾਨ ਤਾਂ ਸੁਖਜਿੰਦਰ ਕੌਣੀ ਵੀ ਹੈ, ਕਿਉਂਕਿ ਜਿਵੇਂ ਹੁਣ ਤੁਸੀਂ ਲੋਕਾਂ ਨਾਲ ਜਿਹੜਿਆਂ ਨਾਲ ਕਿਹਾ ਵੀ ਮੈਂ ਲੰਬੇ ਸਮੇਂ ਤੋਂ ਖੜਾ ਉਹਨਾਂ ਦੇ ਨਾਲ, ਉਹਨਾਂ ਦੀ ਮਿਹਨਤ ਤੁਹਾਡੇ ਨਾਲ ਖੜੀ ਅੱਜ ਵੀ, ਜਿੰਨੀ ਤੁਸੀਂ ਮਿਹਨਤ ਕੀ ਕਰਕੇ ਉਹਨਾਂ ਨੂੰ ਨਾਲ ਰੱਖਿਆ, ਪਾਰਟੀ ਨੂੰ ਉੱਪਰ ਲੈ ਕੇ ਆਏ ਆ ਤੁਸੀਂ ਇਸ ਏਰੀਏ ਦੇ ਵਿੱਚ, ਤਾਂ ਉਹ ਲੋਕ ਤਾਂ ਅੱਜ ਡਿਮਾਂਡ ਕਰਦੇ ਹੋਣ ਨਾ ਕੌਣੀ ਸਾਹਿਬ ਟਿਕਟ ਦੀ ਤੁਸੀਂ ਦਾਅਵੇਦਾਰੀ ਕਰੋ। ਰਮਾਣਾ ਸਾਹਿਬ, ਹਮੇਸ਼ਾ ਹੀ ਜਿਵੇਂ ਕਹਿੰਦੇ ਆ ਕਿ ਜੀਵੇ ਆਸਾ ਅਤੇ ਮਰੇ ਨਿਰਾਸ਼ਾ, ਆਸ ਦੀ ਕਿਰਨ 'ਤੇ ਬੰਦਾ ਜਾਂਦਾ ਹੈ। ਜੇ ਆਸ ਦੀ ਕਿਰਨ ਮਰ ਜੇ ਤਾਂ ਸ਼ਾਇਦ ਬੰਦੇ ਦਾ ਜੀਵਨ ਵਿਅਰਥ ਹੋ ਜਾਂਦਾ। ਅਤੇ ਮੇਰੀ ਵੀ ਇੱਕ ਆਸ ਹੈ ਕਿ ਮੈਂ ਕਦੇ ਨਾ ਕਦੇ ਤਾਂ ਉਸ ਮੰਜ਼ਿਲ 'ਤੇ ਪਹੁੰਚੂੰਗਾ। ਉਹਦੇ ਲਈ ਹੋ ਸਕਦਾ ਕੋਈ ਟਾਈਮ ਪੀਰੀਅਡ ਵੱਧ ਲੱਗ ਜੇ, ਹੋ ਸਕਦਾ ਤੁਹਾਡੀ ਮਿਹਨਤ 'ਚ ਕੋਈ ਕਮੀ ਹੋਵੇ, ਹੋ ਸਕਦਾ ਤੁਹਾਨੂੰ ਹੋਰ ਤਰਾਸ਼ਣ ਦੀ ਲੋੜ ਹੋਵੇ। ਪਰ ਮੈਨੂੰ ਲੱਗਦਾ ਪਾਰਟੀ ਮੇਰੇ 'ਚ ਵਿਸ਼ਵਾਸ ਕਰੂਗੀ, ਯਕੀਨ ਕਰੂਗੀ, ਕਿਉਂਕਿ ਮੈਂ ਪਾਰਟੀ ਦੇ ਉਹਨਾਂ ਬੰਦਿਆਂ ਦੇ ਵਿੱਚੋਂ ਹੈ ਜਿਨ੍ਹਾਂ ਨੇ ਮੁੱਢ ਤੋਂ ਪਾਰਟੀ ਦਾ ਝੰਡਾ ਚੱਕ ਕੇ ਵਲੰਟੀਅਰ ਖੜ੍ਹੇ ਕੀਤੇ, ਪਿੰਡ ਪਿੰਡ ਬੂਥ ਲੈਵਲ 'ਤੇ ਕਮੇਟੀਆਂ ਬਣਾਈਆਂ, ਸੰਗਠਨ ਬਣਾਇਆ, ਹਲਕੇ ਦਾ ਸੰਗਠਨ ਬਣਾਇਆ। ਔਰ ਮੈਨੂੰ ਇਸ ਗੱਲ ਦਾ ਵੀ ਖੁਸ਼ੀ ਹੈ ਕਿ ਮੈਨੂੰ ਬਹੁਤ ਸਾਰੇ ਅਹੁਦਿਆਂ 'ਤੇ ਕੰਮ ਕਰਨ ਦਾ ਮੌਕਾ ਮਿਲਿਆ ਔਰ ਮੈਂ ਆਪਦੀ ਇਮਾਨਦਾਰੀ ਦੇ ਨਾਲ ਸਾਰੇ ਅਹੁਦਿਆਂ 'ਤੇ ਕੰਮ ਕੀਤਾ ਔਰ ਵਫਾਦਾਰੀ ਦੇ ਨਾਲ ਪਾਰਟੀ ਦੀ ਵਫਾਦਾਰੀ ਰੱਖੀ ਹੈ ਔਰ ਹਮੇਸ਼ਾ ਵਫਾਦਾਰੀ ਦੇ ਨਾਲ ਕੰਮ ਕੀਤਾ, ਇਮਾਨਦਾਰੀ ਨਾਲ ਕੰਮ ਕੀਤਾ। ਔਰ ਅੱਜ ਤੱਕ ਮੈਂ ਵੇਖੋ, ਕੱਲ੍ਹ ਦਾ ਤਾਂ ਬੰਦੇ ਨੂੰ ਕੋਈ ਭਰੋਸਾ ਨਹੀਂ ਹੁੰਦਾ, ਦਮ ਆਵੇ ਕਿ ਨਾ ਆਵੇ, ਪਰ ਅੱਜ ਤਾਂ ਹੀ ਮੈਂ ਤੁਹਾਡੇ ਜ਼ਰੀਏ ਮੈਂ ਕਹਿਣਾ ਚਾਹੁੰਦਾ ਵੀ ਮੇਰੇ 'ਤੇ ਇੱਕ ਰੁਪਈਏ ਦਾ ਕੋਈ ਦਾਗ ਨਹੀਂ ਲਾ ਸਕਦਾ। ਜੇ ਮੈਂ ਕਿਸੇ ਨਾਲ ਕੰਮ ਕਰਾਉਣ ਵੀ ਗਿਆ, ਆਪਦੀ ਗੱਡੀ 'ਤੇ ਗਿਆ, ਆਪਦੇ ਪੱਲਿਓਂ ਚਾਹ ਪਾਣੀ ਪੀਤਾ, ਕੋਈ ਬੰਦਾ ਇਹ ਵੀ ਨਹੀਂ ਕਹਿੰਦਾ ਵੀ ਅਸੀਂ ਕੰਮ ਕਰਾਉਣ ਗਏ ਸੁਖਜਿੰਦਰ ਅਤੇ ਸਾਥੋਂ ਚਾਹ ਵੀ ਪੀ ਗਿਆ। ਇਸ ਕਰਕੇ ਪਾਰਟੀ ਦੇ ਵਿੱਚ ਮੈਨੂੰ ਭਰੋਸਾ ਹੈ, ਯਕੀਨ ਹੈ, ਸਾਡੀ ਲੀਡਰਸ਼ਿਪ 'ਤੇ ਯਕੀਨ ਹੈ ਔਰ ਜਿਹੜਾ ਉਹ ਫੈਸਲਾ ਕਰਨਗੇ ਠੀਕ ਕਰਨਗੇ ਔਰ ਮੈਨੂੰ ਇਹ ਲੱਗਦਾ ਕਿ ਉਹ ਮੇਰੇ ਹੱਕ 'ਚ ਕਰਨਗੇ। ਜਿਵੇਂ ਹੁਣ ਤੁਸੀਂ ਕਿਹਾ ਮੰਜ਼ਿਲ ਦੀ ਗੱਲ ਕੀਤੀ ਹੈ, ਉਸ ਮੰਜ਼ਿਲ ਦੀ ਆਪਾਂ ਉਸੇ 'ਤੇ ਆਉਂਦੇ ਹਾਂ। ਮੰਨ ਲਓ ਜਿਹਦੇ ਹੁਣ ਭਗਵੰਤ ਮਾਨ ਇੱਥੇ ਮੁੱਖ ਮੰਤਰੀ ਗਿਦੜਬਾਏ ਹੈ, ਜਿਹਦੇ ਜੁਆਇਨ ਕਰਾਏ ਡੈਂਪੀ ਢਿੱਲੋਂ ਨੂੰ, ਉਹਨਾਂ ਦਾ ਇੱਕ ਇਸ਼ਾਰਾ ਸੀਗਾ ਡੈਂਪੀ ਬਹੁਤ ਵੱਡੀ ਜ਼ਿੰਮੇਵਾਰੀ ਤੁਹਾਨੂੰ ਮਿਲੇਗੀ ਜੇ ਉਹ ਜ਼ਿੰਮੇਵਾਰੀ ਦਾ ਰਾਹ ਵਾਕਈ ਜੇ ਟਿਕਟ ਹੋਵੇ। ਫਿਰ ਅਸੀਂ ਪਾਰਟੀ ਦੇ ਹਰ ਫੈਸਲੇ ਨੂੰ, ਮੈਂ ਤੁਹਾਨੂੰ ਦੱਸਿਆ ਪਹਿਲਾਂ ਵੀ, 19 ਤੋਂ ਲੈ ਕੇ 17 ਤੋਂ ਲੈ ਕੇ 14 ਤੋਂ ਲੈ ਕੇ 22 'ਚ ਪਾਰਟੀ ਦਾ ਹਰ ਉਹ ਫੈਸਲਾ ਮੰਨਿਆ। ਸਹਿਮਤ ਹੋਵੋਗੇ ਫਿਰ ਜੇ ਡੈਂਪੀ ਢਿੱਲੋਂ ਨੂੰ ਟਿਕਟ ਮਿਲ ਜਾਂਦੀ ਹੈ? 100% ਪਾਰਟੀ ਦਾ ਕੋਈ ਵੀ ਵਰਕਰ ਆਵੇ, ਪਾਰਟੀ ਦਾ ਕੋਈ ਵੀ ਲੀਡਰ ਆਵੇ,
ਅਸੀਂ ਪਾਰਟੀ ਦੇ ਨਾਲ ਮੈਂ ਪਹਿਲਾਂ ਵੀ ਤੁਹਾਨੂੰ ਦੱਸਿਆ ਸੀਗਾ, ਮੈਂ ਵਿਅਕਤੀ ਵਿਸ਼ੇਸ਼ ਦੇ ਨਾਲ ਕਿਸੇ ਨਾਲ ਨਹੀਂ। ਮੇਰੀ ਮਿਹਨਤ ਖੜੂ ਫਿਰ ਨਾਲ ਸਾਰੀ ਨਾਲ ਤੜੇ ਬਾਈ ਜੀ, ਮੈਂ ਆਪਦੇ ਦਮ 'ਤੇ ਮੈਂ ਗੱਲ ਕਹਿ ਰਿਹਾ, ਮੈਂ ਆਪਣੇ ਆਪ 'ਤੇ ਵਿਸ਼ਵਾਸ ਕਰਕੇ ਗੱਲ ਕਹਿ ਰਿਹਾ। ਮੈਨੂੰ ਮੇਰੀ ਟੀਮ 'ਤੇ ਮਾਣ ਹੈ ਕਿ ਜਿਹੜੀ ਟੀਮ ਨੂੰ ਮੈਂ ਹਮੇਸ਼ਾ ਸਿੰਜਿਆ ਉਹਦੇ 'ਤੇ ਮੈਨੂੰ ਮਾਣ ਹੈ ਕਿ ਉਹ ਮੇਰੇ ਨਾਲ ਹਮੇਸ਼ਾ ਖੜ੍ਹੇ ਹੈ। ਜੇ ਉਹ ਮੇਰੇ ਨਾਲ 14 'ਚ ਖੜ੍ਹੇ ਆ, 17 'ਚ ਖੜ੍ਹੇ ਆ, 19 'ਚ ਖੜ੍ਹੇ ਆ, 22 'ਚ ਖੜ੍ਹੇ ਆ, ਅਤੇ ਹੁਣ ਵੀ ਮੇਰੇ ਨਾਲ ਖੜ੍ਹਨਗੇ। ਮੈਂ ਇੱਕ ਨਾ ਦੂਜਾ ਸੋਸ਼ਲ ਮੀਡੀਆ 'ਤੇ ਵੇਖ ਰਿਹਾ ਸੀਗਾ, 2-4 ਦਿਨ ਪਹਿਲਾਂ ਤੁਸੀਂ ਕਿਤੇ ਦੋਧੇ ਇਕੱਠ ਕੀਤਾ ਹੋਣਾ, ਪਰ ਉਹਨਾਂ ਦੀ ਸੋਚ ਤਾਂ ਕਿਤੇ ਨਾ ਕਿਤੇ ਹੋਣੀ ਚਾਹੀਦੀ ਆ। ਉਹ ਆਪ ਵੀ ਮੰਨਦੇ ਹੋਣੇ ਆ ਯਾਰ ਵੀ ਅਸੀਂ ਤਾਂ ਕੌਣੀ ਦੇ ਨਾਲ ਖੜ੍ਹੇ ਹਾਂ। ਦੇਖੋ, ਮੈਂ ਤੁਹਾਨੂੰ ਇਹ ਗੱਲ ਪਹਿਲਾਂ ਵੀ ਕਹੀ ਹੈ ਕਿ ਹਰੇਕ ਬੰਦੇ ਦੀਆਂ ਭਾਵਨਾਵਾਂ, ਮੇਰੀ ਵੀ ਭਾਵਨਾ ਹੈ ਅਤੇ ਜਿਹੜੇ ਮੇਰੇ ਨਾਲ ਜੁੜੇ ਆ ਉਹਨਾਂ ਦੀ ਵੀ ਭਾਵਨਾ ਹੈ, ਔਰ ਉਹਨਾਂ ਦੀ ਭਾਵਨਾ ਦੀ ਮੈਂ ਕਦਰ ਕਰਦਾ। ਜਿਹੜੇ ਬੰਦੇ ਮੇਰੇ ਨਾਲ ਖੜ੍ਹੇ ਹੈ ਉਹਨਾਂ ਦਾ ਮੈਂ ਹਮੇਸ਼ਾ ਮਾਣ ਸਤਿਕਾਰ ਬਹਾਲ ਰੱਖਿਆ, ਔਰ ਉਹਨਾਂ ਦੀ ਭਾਵਨਾ ਦੀ ਵੀ ਮੈਂ ਕਦਰ ਕਰਦਾ। ਔਰ ਉਹਨਾਂ ਨੇ ਜਿਵੇਂ ਛੋਟਿਆਂ ਨੇ ਮੈਨੂੰ ਆਪਣੇ ਭਾਈ ਵਾਂਗੂ, ਵੱਡਿਆਂ ਨੇ ਆਪਦੇ ਬੱਚੇ ਵਾਂਗੂ, ਮੇਰੀਆਂ ਮਾਵਾਂ ਮਿਲਦੀਆਂ, ਮੇਰੀਆਂ ਭੈਣਾਂ ਮਿਲਦੀਆਂ, ਹਮੇਸ਼ਾ ਮੇਰੇ ਸਿਰ 'ਤੇ ਹੱਥ ਰੱਖਦੀਆਂ ਕਿ ਤੂੰ ਸਾਡਾ ਮੁੰਡਾ ਹੈ, ਔਰ ਉਸ ਗੱਲ ਦਾ ਮੈਂ ਤਾਂ ਕਦੇ ਮਾਣ ਟੁੱਟਣ ਨਹੀਂ ਦਿੱਤਾ। ਔਰ ਜਿਹੜੀ ਉਹਨਾਂ ਦੀ ਭਾਵਨਾ ਸ਼ਾਇਦ ਪਾਰਟੀ ਪੂਰੀ ਕਰੂਗੀ। ਮੰਨ ਲਓ ਡੈਂਪੀ ਢਿੱਲੋਂ ਨੂੰ ਟਿਕਟ ਮਿਲ ਜਾਂਦੀ ਹੈ, ਉਹ ਇੱਥੋਂ ਜਿੱਤ ਹਾਸਲ ਕਰ ਜਾਂਦੇ ਹੈ, ਉਸ ਤੋਂ ਬਾਅਦ ਕਿਤੇ ਨਾ ਕਿਤੇ ਲੱਗਦਾ ਵੀ ਡੈਂਪੀ ਢਿੱਲੋਂ ਦਾ ਹੀ ਸਿਰ ਹੈ, ਇੱਥੇ ਦਾਦੋ ਆ ਰਹੂਗਾ, ਕੌਣੀ ਹੋ ਰਹਿੰਦਾ ਥੋੜ੍ਹਾ ਨੀਵਾਂ ਹੋ ਜਾਊਗਾ, ਜਾਂ ਜਿਵੇਂ ਤੁਹਾਡੇ ਬੋਲ ਤੁਸੀਂ ਬੋਲੇ ਹੈ ਕਿ ਕੌਣੀ ਨੂੰ ਕੰਮ ਕਰਵਾਉਣੇ ਆਉਂਦੇ ਉਹ ਰਹਿਣਗੇ। ਨਹੀਂ ਦੇਖੋ, ਇੱਕ ਗੱਲ ਮੈਂ ਤੁਹਾਨੂੰ ਹੋਰ ਦੱਸਦਾ, ਪਾਰਟੀ 'ਚ ਜਿਹੜੇ ਵੀ ਬੰਦੇ ਕੰਮ ਕਰਦੇ ਆ ਉਹ ਇੱਕ ਟੀਮ ਦੇ ਮੈਂਬਰ ਹੁੰਦੇ ਆ। ਜੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਸਾਹਿਬ ਹੈ, ਉਹਨਾਂ ਨੇ ਪਾਰਟੀ ਨੂੰ ਬਣਾਇਆ, ਪਾਰਟੀ ਨੂੰ ਚਲਾਇਆ, ਔਰ ਉਹਨਾਂ ਤੋਂ ਲੈ ਕੇ ਚਾਹੇ ਕੋਈ ਰਾਜ ਸਭਾ ਮੈਂਬਰ ਹੈ, ਚਾਹੇ ਕੋਈ MLA ਹੈ, ਚਾਹੇ ਕੋਈ ਮੁੱਖ ਮੰਤਰੀ ਹੈ, ਚਾਹੇ ਕਿਸੇ ਵੀ ਅਹੁਦੇ 'ਤੇ ਹੈ, ਚਾਹੇ ਆਮ ਆਦਮੀ ਪਾਰਟੀ ਦਾ ਕੋਈ ਬੂਥ ਦਾ ਵਲੰਟੀਅਰ ਹੈ, ਉਹ ਸਾਰੇ ਇੱਕ ਟੀਮ ਦੇ ਮੈਂਬਰ ਹੈ, ਔਰ ਸਾਰਿਆਂ ਦੀ ਹੀ ਜ਼ਿੰਮੇਵਾਰੀ ਬਣਦੀ ਹੈ ਪਾਰਟੀ ਨੂੰ ਸੰਭਾਲਣਾ। ਇਹ ਨਹੀਂ ਕਦੇ ਹੁੰਦਾ ਕਿ ਕੋਈ ਇੱਕ ਬੰਦਾ, ਮੈਂ ਚੇਅਰਮੈਨ ਲੱਗ ਗਿਆ ਜੀ ਅਤੇ ਮੈਂ ਕਹਿ ਦਿਆਂ ਵੀ ਹੁਣ ਮੈਂ ਤਾਂ ਸਿਰਫ ਮੈਂ ਹੀ ਹੈ, ਇਦੋਂ ਬਾਅਦ ਨਹੀਂ, 24 'ਚ ਵੋਟਾਂ ਹੈ, ਫਿਰ 27 'ਚ ਵੋਟਾਂ ਹੈ, ਫਿਰ ਗਾਂ 32 'ਚ ਵੋਟਾਂ ਹੈ। ਇਹਦੇ ਕਰਕੇ ਵੋਟਾਂ ਤਾਂ ਇਹ ਆਉਂਦੀਆਂ ਜਾਂਦੀਆਂ ਰਹਿਣੀਆਂ, ਬੰਦੇ ਵੀ ਕਈ ਵਾਰੀ ਬਦਲਦੇ ਰਹਿੰਦੇ ਆ, ਪਰ ਪਾਰਟੀ ਹਮੇਸ਼ਾ ਸਥਿਰ ਰਹਿੰਦੀ ਹੈ। ਔਰ ਸਭ ਤੋਂ ਵੱਡੀ ਮੈਂ ਸੁਣਾਉਂਦਾ, ਕੋਈ ਵਿਅਕਤੀ ਕਦੇ ਕੋਈ ਵੱਡਾ ਨਹੀਂ ਹੁੰਦਾ, ਵੱਡੀ ਹਮੇਸ਼ਾ ਪਾਰਟੀ ਹੁੰਦੀ ਹੈ। ਜੇ ਕੋਈ MLA ਬਣ ਗਿਆ, ਕੋਈ MP ਬਣ ਗਿਆ, ਕੋਈ ਮੁੱਖ ਮੰਤਰੀ ਬਣ ਗਿਆ, ਕੋਈ ਰਾਜ ਸਭਾ 'ਚ ਜਾ ਵੜਿਆ, ਇਹਦਾ ਮਤਲਬ ਇਹ ਨਹੀਂ ਕਿ ਵਿਅਕਤੀ ਵਿਸ਼ੇਸ਼ ਵੱਡਾ ਹੋ ਗਿਆ। ਯਾਨੀ ਕਿ ਤੁਸੀਂ ਪਾਰਟੀ ਦਾ ਮੁੱਲ ਪਾਓਗੇ ਜੇਕਰ ਪਾਰਟੀ ਨੇ ਤੁਹਾਨੂੰ ਇੰਨੇ ਲੈਵਲ 'ਤੇ ਯੋਗਾ ਕਰਤਾ, ਤੁਹਾਨੂੰ ਚੇਅਰਮੈਨ ਬਣਾਤਾ, ਤਾਂ ਤੁਸੀਂ ਪਾਰਟੀ ਨੂੰ ਇਗਨੋਰ ਨਹੀਂ ਕਰ ਸਕਦੇ ਵੀ ਜੇ ਪਾਰਟੀ ਦੇ ਨਾਲ, ਜੇ ਪਾਰਟੀ ਤੁਹਾਡੇ ਨਾਲ ਖੜੀ ਹੈ, ਜੇ ਟਿਕਟ ਨਹੀਂ ਮਿਲਦੀ ਤਾਂ ਫਿਰ ਵੀ ਪਾਰਟੀ ਨਾਲ ਖੜੋ। ਮੈਂ ਕਿਹਾ ਜੀ, ਟਿਕਟ ਦਾ ਤਾਂ ਕੋਈ ਮਸਲਾ ਹੀ ਨਹੀਂ, ਮੈਂ ਇਹ ਗੱਲ ਕਹਿੰਦਾ, ਮੇਰੀ ਇੱਕ ਉਮੀਦ ਵੀ ਹੈ ਔਰ ਇੱਕ ਮੈਂ ਉਹਨਾਂ ਤੋਂ ਜ਼ਿਆਦਾ ਆਸ ਵੀ ਕਰਦਾ ਕਿ ਜਿਵੇਂ ਅਸੀਂ ਆਮ ਆਦਮੀ ਪਾਰਟੀ ਦੇ ਨਾਲ ਹਰ ਫੈਸਲੇ ਨੂੰ ਸਵੀਕਾਰ ਕਰਦੇ ਹਾਂ, ਉਸੇ ਤਰ੍ਹਾਂ ਮਾਣਯੋਗ ਸਾਡੇ ਜਿਹੜੇ ਨਵੇਂ ਸੱਜਣ ਡਿੰਪੀ ਢਿੱਲੋਂ ਜੀ ਆਏ ਆ, ਉਹ ਵੀ ਪਾਰਟੀ ਦੇ ਫੈਸਲੇ ਨੂੰ ਉਸੇ ਤਰ੍ਹਾਂ ਮੰਨਿਆ ਕਰਨਗੇ। ਹੋ ਸਕਦਾ ਕੋਈ ਪਾਰਟੀ ਦਾ ਫੈਸਲਾ ਉਹ ਜਿਹਾ ਹੋਵੇ, ਕਿਉਂਕਿ ਮਾਨ ਸਾਹਿਬ ਨੇ ਕਿਹਾ ਵੀ ਤੁਹਾਨੂੰ ਵੱਡੀ ਜ਼ਿੰਮੇਵਾਰੀ ਦਿੱਤੀ ਜਾਊਗੀ, ਅਤੇ ਵੱਡੀਆਂ ਜ਼ਿੰਮੇਵਾਰੀਆਂ ਹੋਰ ਬਹੁਤ ਹੋਈਆਂ, ਇਕੱਲੀ MLA ਦੀ ਟਿਕਟ ਵੱਡੀ ਜ਼ਿੰਮੇਵਾਰੀ ਨਹੀਂ ਹੁੰਦੀ, MLA ਦੀ ਤੋਂ ਵੀ ਵੱਡੀਆਂ ਬਹੁਤ ਜ਼ਿੰਮੇਵਾਰੀਆਂ ਪਈਆਂ। ਔਰ ਜਿਹੜਾ ਕੋਈ ਫੈਸਲਾ ਪਾਰਟੀ ਕਰੂਗੀ, ਹੋ ਸਕਦਾ ਪਾਰਟੀ ਹੋਰ ਕਿਸੇ 'ਤੇ ਵੀ ਹੱਥ ਰੱਖ ਦੇਵੇ, ਤਾਂ ਮੈਂ ਉਮੀਦ ਕਰਦਾ ਕਿ ਮੇਰੇ ਵੱਡੇ ਭਰਾ ਬਾਈ ਡਿੰਪੀ ਢਿੱਲੋਂ ਜੀ ਉਸ ਬੰਦੇ ਦਾ ਵੀ ਸਾਥ ਦੇਣਗੇ। ਯਾਨੀ ਕਿ ਜਿਵੇਂ ਹੁਣ ਤੁਸੀਂ ਉਹਦੇ ਵੀ ਗੱਲ ਕੀਤੀ ਸੀ, ਡਿੰਪੀ ਢਿੱਲੋਂ ਨੂੰ ਕੋਈ ਸੁਨੇਹਾ ਦੇਣਾ ਚਾਹੁੰਦੇ ਹਾਂ ਕਿ ਢਿੱਲੋਂ ਸਾਹਿਬ ਵੀ ਜਿਵੇਂ ਆਹ ਮੇਰੀ ਮਿਹਨਤ ਬੈਠੀ ਹੈ, ਇਹਨਾਂ ਤੋਂ ਇਹਨਾਂ ਨੂੰ ਨਾ ਇਗਨੋਰ ਕਰ ਦਿਓ ਜੇ ਕਿਤੇ।
ਸਾਡੇ ਬਹੁਤ ਸਤਿਕਾਰਯੋਗ ਨੇ ਮੇਰੇ ਵੱਡੇ ਭਰਾ ਬਾਈ ਹਰਦੀਪ ਸਿੰਘ ਜੀ ਡਿੰਪੀ ਢਿੱਲੋਂ ਸਾਹਿਬ, ਬਹੁਤ ਮਿਹਨਤੀ ਨੇ, ਤਜਰਬਾ ਬਹੁਤ ਰਾਜਨੀਤੀ ਦਾ। ਮੈਂ ਤਾਂ ਉਹਨਾਂ ਨੂੰ ਇਹੀ ਅਪੀਲ ਕਰ ਸਕਦਾ ਵੀ ਜਿਵੇਂ ਅਸੀਂ ਪਾਰਟੀ ਦੇ ਨਾਲ ਇਮਾਨਦਾਰੀ ਨਾਲ ਮਿਹਨਤ ਨਾਲ ਕੰਮ ਕਰ ਰਹੇ ਹਾਂ, ਉਹ ਸਾਡੇ ਸਾਥੀ ਬਣ ਕੇ ਉਸੇ ਤਰ੍ਹਾਂ ਹੀ ਮਿਹਨਤ ਨਾਲ ਕੰਮ ਕਰਨਗੇ ਔਰ ਪਾਰਟੀ ਦੇ ਵਿਸਥਾਰ ਦੇ ਲਈ, ਪਾਰਟੀ ਦੀ ਬਿਹਤਰੀ ਦੇ ਲਈ, ਪਾਰਟੀ ਦੀ ਚੜ੍ਹਦੀ ਕਲਾ ਦੇ ਲਈ ਹਮੇਸ਼ਾ ਕੰਮ ਕਰਦੇ ਰਹਿਣ। ਲਾਸਟ ਸਵਾਲ ਹੈ, ਹੌਟ ਸੀਟ ਜਿਵੇਂ ਮੈਂ ਕਿਹਾ ਹੈ ਬਣ ਚੁੱਕੀ ਹੈ ਕਿਉਂਕਿ ਅਕਾਲੀ ਦਲ ਤੋਂ ਸੁਖਬੀਰ ਬਾਦਲ ਆ ਸਕਦੇ ਹੈ ਅਤੇ ਕਾਂਗਰਸ ਪਾਰਟੀ ਦੇ ਅਮਰਿੰਦਰ ਰਾਜਾ ਵੜਿੰਗ ਮੌਜੂਦਾ ਵੀ ਰਹੇ ਹੈ ਅਤੇ ਉਹ ਵੀ ਪੰਜਾਬ ਦੇ ਪ੍ਰਧਾਨ ਨੇ ਅਤੇ ਮਨਪ੍ਰੀਤ ਸਿੰਘ ਬਾਦਲ ਵੀ ਭਾਰਤੀ ਜਨਤਾ ਪਾਰਟੀ ਵੱਲੋਂ ਆ ਸਕਦੇ ਹੈ, ਪੂਰੀ ਟੱਕਰ ਹੋਊਗੀ, ਕਿਵੇਂ ਮੰਨਦੇ ਹੋ? ਮੈਂ ਨਾ ਇੱਕ ਗੱਲ ਰਮਾਣਾ ਸਾਹਿਬ ਇੱਥੇ, ਕਿਉਂਕਿ ਕੁਛ ਕੁ ਬੰਦੇ ਚਾਹੇ ਥੋੜ੍ਹੇ ਵਿਰੋਧੀ ਵੀ ਹੋਣ, ਵਿਰੋਧੀਆਂ ਦੇ ਵਿੱਚ ਵੀ ਚੰਗੀਆਂ ਚੀਜ਼ਾਂ ਹੁੰਦੀਆਂ। ਸੁਖਬੀਰ ਸਿੰਘ ਬਾਦਲ ਜੀ ਉਹ ਆਪਦੀ ਪਾਰਟੀ ਦੇ ਪ੍ਰਧਾਨ ਨੇ, ਮਨਪ੍ਰੀਤ ਸਿੰਘ ਬਾਦਲ ਜੀ ਇਹ ਵੀ ਬਹੁਤ ਵੱਡਾ ਕੱਦ ਰੱਖਦੇ ਹੈ ਆਪਣੀ ਪਾਰਟੀ ਦੇ ਵਿੱਚ ਔਰ ਪੰਜਾਬ ਦੀ ਸਿਆਸਤ ਦੇ ਵਿੱਚ। ਖਾਸ ਤੌਰ 'ਤੇ ਰਾਜਾ ਵੜਿੰਗ ਜੀ ਜਿਹੜੇ ਕਿ ਕਾਂਗਰਸ ਦੇ ਪੰਜਾਬ ਦੇ ਪ੍ਰਧਾਨ ਨੇ, ਤਿੰਨੇ ਲੀਡਰ ਬੜੇ ਚੋਟੀ ਦੇ ਲੀਡਰ ਨੇ ਔਰ ਤਿੰਨਾਂ ਦਾ ਹੀ ਵੋਟ ਬੈਂਕ ਹੈ, ਆਪਾਂ ਕਿਸੇ ਨੂੰ ਚੰਗਾ ਮਾੜਾ ਜਾਂ ਛੋਟਾ ਨਹੀਂ ਗਿਣ ਸਕਦੇ, ਸਾਰੇ ਆਪਦੀ ਆਪਦੀ ਜਗ੍ਹਾ ਬਹੁਤ ਠੀਕ ਨੇ। ਪਰ ਇੱਕ ਗੱਲ ਹੋਰ ਹੁੰਦੀ ਹੈ, ਕੋਈ ਬੰਦਾ ਜਿਵੇਂ ਰਾਜੇ ਵੜਿੰਗ ਦੀ ਮੈਂ ਗੱਲ ਕਰਦਾ, ਉਹ ਬੰਦਾ ਮਿਹਨਤ ਬਹੁਤ ਕਰਦਾ, ਕਿਸੇ ਨਾ ਕਿਸੇ ਵਿਰੋਧੀ ਦੇ ਵਿੱਚ ਵੀ ਬਹੁਤ ਚੰਗਾ ਗੁਣ ਹੁੰਦਾ, ਉਹ ਮਿਹਨਤ ਬਹੁਤ ਕਰਦਾ, ਆਪਦੇ ਵਰਕਰਾਂ ਨਾਲ ਜੁੜ ਕੇ ਰਹਿੰਦਾ। ਉਵੇਂ ਹੀ ਜਿਵੇਂ ਸੁਖਬੀਰ ਬਾਦਲ ਦੇ ਤੋਂ ਸੁਣਦੇ ਹਾਂ ਵੀ ਜਿਹੜਾ ਜ਼ਬਾਨ ਦਾ ਬੜਾ ਪੱਕਾ, ਕਿਉਂਕਿ ਮੈਂ ਦੇਖੋ ਅੱਜ ਤਾਈਂ ਉਹਨੂੰ ਮਿਲਿਆ ਨਹੀਂ ਕਦੇ ਅਤੇ ਅੱਜ ਤਾਈਂ ਉਹਨਾਂ ਨਾਲ ਵਿਚਰਿਆ ਨਹੀਂ ਕਦੇ, ਜਿਹੜੀ ਸਮਾਜ ਦੇ ਵਿੱਚ ਗੱਲ ਹੈ। ਇਹਨਾਂ ਦੋ ਬੰਦਿਆਂ ਤੋਂ ਮੈਨੂੰ ਇਹ ਲੱਗਦਾ ਵੀ ਉਹ ਜ਼ਬਾਨ ਦਾ ਕਹਿੰਦੇ ਬਹੁਤ ਪੱਕਾ ਅਤੇ ਉਹ ਹੈ, ਅਤੇ ਜਿਵੇਂ ਰਾਜਾ ਵੜਿੰਗ ਜੀ ਹੈ ਇਹ ਮਿਹਨਤੀ ਬਹੁਤ ਹੈ ਔਰ ਥੱਲੇ ਸੰਗਠਨ ਤਾਂ ਜੀ ਦੇਖੋ ਹੁਣ ਵੀ ਉਹ ਐੱਮ ਪੀ ਲੁਧਿਆਣੇ ਦੇ ਹੈ, ਪਰ ਮੈਨੂੰ ਕਈ ਦਿਨਾਂ ਤੋਂ ਮੈਂ ਦੇਖ ਰਿਹਾ ਵੀ ਉਹ ਗਿੱਦੜਵੇ ਦੇ ਪਿੰਡਾਂ 'ਚ ਸੱਥਾਂ 'ਚ ਤੁਰੇ ਫਿਰਦੇ ਹੈ। ਇਟ ਮੀਨਸ ਕਿਤੇ ਨਾ ਕਿਤੇ ਗਿੱਦੜਵੇ ਦਾ ਜਿਹੜਾ ਮੁਕਾਬਲਾ ਹੋਊਗਾ ਬੜਾ ਰੋਚਕ ਹੋਊਗਾ ਔਰ ਦਿਲਕਸ਼ ਮੁਕਾਬਲਾ ਹੋਊਗਾ, ਗਹਿ ਗੱਚ ਮੁਕਾਬਲਾ ਹੋਊਗਾ ਔਰ ਇਹਦੇ ਵਿੱਚ ਆਮ ਆਦਮੀ ਪਾਰਟੀ ਉੱਭਰ ਕੇ ਆਊਗੀ। ਬਹੁਤ ਬਹੁਤ ਧੰਨਵਾਦ। ਤਾਂ ਬਹੁਤ ਵੱਡੀ ਗੱਲ ਜਿਹੜੀ ਸੁਖਜਿੰਦਰ ਕੌਣੀ ਨੇ ਕਹੀ ਹੈ, ਹਾਲਾਂਕਿ ਹਰ ਲੀਡਰ ਜਿਹੜਾ ਵਿਰੋਧੀਆਂ ਨੂੰ ਨਿੰਦਾ ਹੁੰਦਾ, ਪਰ ਉਹਨਾਂ ਦੇ ਜਿਹੜੇ ਸਲਾਹੁਣ ਵਾਲੇ ਕੰਮ ਹੈ ਜਾਂ ਉਹਨਾਂ ਦੇ ਸਲਾਹਕਾਰ ਕਰਨ ਵਾਲੇ ਕੰਮ ਹੈ, ਤਾਂ ਇਸ ਕੌਣੀ ਸਾਹਿਬ ਨੇ ਸਿੱਧੇ ਤੌਰ 'ਤੇ ਅਮਰਿੰਦਰ ਰਾਜਾ ਵੜਿੰਗ ਅਤੇ ਸੁਖਬੀਰ ਸਿੰਘ ਬਾਦਲ ਦਾ ਉਸ ਗੱਲ ਦਾ ਜ਼ਰੂਰ ਇਹਨਾਂ ਨੇ ਜਿਹੜੀ ਸ਼ਲਾਘਾ ਕੀਤੀ ਹੈ। ਤਾਂ ਦੂਜੇ ਪਾਸੇ ਸਿੱਧੇ ਤੌਰ 'ਤੇ ਇਹਨਾਂ ਨੇ ਕਹਿਤਾ ਹੈ ਕਿ ਜਿਸ ਤਰੀਕੇ ਦੇ ਨਾਲ ਹੁਣ ਤੱਕ ਮੈਂ ਲੋਕਾਂ ਦੇ ਨਾਲ ਖੜਾ, ਲੋਕ ਮੇਰੇ ਨਾਲ ਖੜੇ ਹੈ, ਉਹਨਾਂ ਦੀ ਮਿਹਨਤ ਦਾ ਮੁੱਲ ਪਹਿਲਾਂ ਵੀ ਪਾਉਂਦਾ ਰਿਹਾ, ਅੱਗੇ ਵੀ ਪਾਉਂਦਾ ਰਿਹਾ। ਇਹਨਾਂ ਨੇ ਕਿਹਾ ਹੈ ਕਿ ਕੰਮ ਜਿਹੜੇ ਮੈਨੂੰ ਖੁਦ ਨੂੰ ਕਰਾਉਣੇ ਆਉਂਦੇ ਆ, ਸਾਡੀ ਪਾਰਟੀ ਦੇ ਉੱਪਰ ਹਾਈਕਮਾਂਡ ਹੈ, ਇਹਨਾਂ ਦੇ ਨਾਲ ਖੜੀ ਹੈ, ਇਹ ਹਾਈਕਮਾਂਡ ਦੇ ਨਾਲ ਖੜੀ ਹੈ। ਹਜੇ ਤੱਕ ਜਿਹੜਾ ਗਿੱਦੜਬਾਏ ਤੋਂ ਆਮ ਆਦਮੀ ਪਾਰਟੀ ਨੇ ਟਿਕਟ ਦਾ ਐਲਾਨ ਨਹੀਂ ਕੀਤਾ ਗਾ, ਪਰ ਇਹਨਾਂ ਨੇ ਸਿੱਧਾ ਕਹਿਤਾ ਹੈ ਕਿ ਜਿਹਨੂੰ ਵੀ ਜ਼ਰੂਰੀ ਨਹੀਂ ਡਿੰਪੀ ਢਿੱਲੋਂ ਨੂੰ ਮਿਲੇ, ਇਹ ਦਾਅਵੇਦਾਰ ਆ ਇਹਨਾਂ ਨੂੰ ਟਿਕਟ ਮਿਲੇ ਜਾਂ ਹੋਰ ਵੀ ਇੱਥੋਂ ਦਾਅਵੇਦਾਰ ਹੈਗੇ ਆ ਉਹਨਾਂ ਨੂੰ ਟਿਕਟ ਮਿਲੇ, ਜਿਸ ਨੂੰ ਵੀ ਪਾਰਟੀ ਫੈਸਲਾ ਕਰਦੀ ਹੈ ਟਿਕਟ ਦਿੰਦੀ ਹੈ ਤਾਂ ਡਟ ਕੇ ਉਹਨਾਂ ਦੇ ਨਾਲ ਖੜਨਗੇ। ਤਾਂ ਗਿੱਦੜਬਾਹ ਦੀ ਸੀਟ ਹੈ ਜਿਹੜੀ ਹੌਟ ਸੀਟ ਹੈ, ਇੱਥੋਂ ਜਿਤਾ ਕੇ ਜਿਹੜਾ ਉਮੀਦਵਾਰ ਨੂੰ ਵਿਧਾਨ ਸਭਾ ਦੇ ਵਿੱਚ ਭੇਜਣਗੇ। ਦੇਖਦੇ ਹਾਂ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਉਮੀਦਵਾਰ ਨੂੰ ਆਮ ਆਦਮੀ ਪਾਰਟੀ ਟਿਕਟ ਦਿੰਦੀ ਹੈ ਔਰ ਉਹ ਉਮੀਦਵਾਰ ਦਾ ਕਿੰਨੀ ਕੁ ਸਪੋਰਟ ਹੈ, ਜਿਹੜੇ ਪੁਰਾਣੇ ਟਕਸਾਲੀ ਜਿਹੜੇ ਆਮ ਆਦਮੀ ਪਾਰਟੀ ਦੇ ਵਰਕਰ ਆ ਉਹ ਕਰਦੇ ਹੈ ਤਾਂ ਉਹ ਇੱਥੋਂ ਜਿਤਾ ਕੇ ਭੇਜਦੇ ਹੈ ਜਾਂ ਨਹੀਂ। ਗੁਰਜੀਤ ਸਿੰਘ ਰਮਾਣਾ, D5 ਚੈਨਲ ਪੰਜਾਬੀ, ਪਿੰਡ ਕੌਣੀ, ਗਿੱਦੜਬਾਹ, ਸ੍ਰੀ ਮੁਕਤਸਰ ਸਾਹਿਬ। ਨਿਡਰ ਹਾਂ, ਨਿਰਪੱਖ ਰਹਾਂਗੇ, ਆਜ਼ਾਦ ਹਾਂ, ਸੱਚ ਕਹਾਂਗੇ, ਗੱਲ ਕਰਾਂਗੇ ਸਿਆਸੀ ਹਵਾ ਦੀ, ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ, ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ, ਹਰ ਮਸਲੇ 'ਤੇ ਰਹੇਗੀ ਤਿੱਖੀ ਨਜ਼ਰ,
ਦੱਸਾਂਗੇ ਕੌਣ ਕਰ ਰਿਹਾ ਕਿਹਦੇ ਤੇ ਜ਼ਬਰ। ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ। ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ। ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ, ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ। ਖੋਲਾਂਗੇ ਅੰਦਰੂਨੀ ਰਾਜ਼, ਬਣਾਂਗੇ ਬੁਲੰਦ ਆਵਾਜ਼। ਖੇਡ, ਸਿੱਖਿਆ, ਖੇਤੀ ਦੀ ਬਾਤ ਪਾਵਾਂਗੇ, ਹਰ ਪਿੰਡ ਹਰ ਸ਼ਹਿਰ ਜਾਵਾਂਗੇ। ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਾਰਾਂਗੇ ਝਾਤ। ਅਬ ਧਰਮ, ਧਰੋਹਰ, ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ। ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ। ਕੀ ਨੇ ਸਾਡੇ ਕਾਨੂੰਨ, ਫਰਜ਼ ਤੇ ਅਧਿਕਾਰ? ਕੀ ਕਰਦੀ ਹੈ ਸਾਡੀ ਸਰਕਾਰ? ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ? D5 ਚੈਨਲ ਪੰਜਾਬੀ ਦੀ ਕਚਹਿਰੀ 'ਚ ਹੋਵੇਗੀ ਸਿਰਫ ਲੋਕਾਂ ਦੀ ਗੱਲ।